जकरिया खान ने क्या मनी सिंगा मैं ते सोचिया सी मैं तेरी जान बख्श देवा मैं सोचिया सी तेनू जगीरां दे देवा पर तेरी किस्मत जे कुछ नहीं लिखिया तेनू मारन तो बिना होर कोई मेरे कोले चारा नहीं रहा। सरदार मनी सिंह ने गज के क्या बादशाह मैनू मुसलमान करना ए तेरे बस दा रोग नहीं मैनू शहीद करना ए तेरे बस विच है तू जल्दी कर जो तेरे मन आउंदा मेरे नाल तू ओ कर ले मेरा सतगुरु भी इस विच खुश है। जकरिया खान ने टके वर्गा जवाब सुन के काजगा नू बुलाया ते काजगा नू फतवा देण दा हुक्म दिता है। काजगा ने कहा बादशाह जिस तरह असी मुसलमान कौम दे मौलवी हैं साडे वांगू ये भी सिख कौम दा मौलवी है इस नू जिन्ने भी तसीहे दिते जाण थोड़े है ते काजगा ने बंद बंद कट्टण दा फतवा दे दिता भाई मनी सिंह नू वेख के जलादा वल भाई मनी सिंह जलादा नू इउं कहण लग्या भाई Thank you.
ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਅਬਦੁਲ ਰਜ਼ਾਕ ਕਾਜ਼ੀ ਨਾਲ ਚੱਲਿਆ, ਚਿੱਟਾ ਦਾੜਾ ਸਿੰਘ ਦਾ ਚਿੱਟੇ ਬਸਤਰ, ਜਿਵੇਂ ਕੋਈ ਅਰਸ਼ਾਂ ਵਿੱਚੋਂ ਦੇਵਤਾ ਆਇਆ ਹੁੰਦਾ। ਸਰਦਾਰ ਨੇ ਭਰੀ ਕਚਹਿਰੀ ਵਿੱਚ ਗੱਜ ਕੇ ਫਤਿਹ ਬੁਲਾਈ ਹੈ। ਕਾਜ਼ੀ ਦੇ ਹੱਥ ਵਿੱਚੋਂ ਤਸਵੀ ਛੁੱਟ ਗਈ। ਜ਼ਕਰੀਆ ਖਾਨ ਸੜਕੇ ਕੋਲੇ ਹੋ ਗਿਆ। ਉਹਨੇ ਪਹਿਲਾ ਸਵਾਲ ਸਰਦਾਰ ਦੇ ਉੱਤੇ 5000 ਰੁਪਏ ਦੀ ਮੰਗ ਕੀਤੀ ਹੈ। ਉਹਨੇ ਕਿਹਾ ਜੇ 5000 ਰੁਪਇਆ ਨਹੀਂ ਭਰ ਸਕਦਾ ਤੇ ਇਸਲਾਮ ਧਾਰਨ ਕਰ ਲੈ, ਇਸਲਾਮ ਕਬੂਲ ਕਰ ਲੈ, ਅੱਜ ਸਿੱਖੀ ਦਾ ਬਾਣਾ ਲਾ ਦੇ। ਜ਼ਕਰੀਆ ਖਾਨ ਭਾਈ ਮਨੀ ਸਿੰਘ ਨੂੰ ਭਰਮਾਉਣ ਦੀ ਖਾਤਰ ਇਉਂ ਕਹਿ ਰਿਹਾ ਬਈ ਕਰ ਲਿਆ। ਕਾਜ਼ੀ ਅਬਦੁਲ ਰਜ਼ਾਕ ਨੇ ਜ਼ਕਰੀਆ ਖਾਨ ਦੇ ਕੋਲੇ ਗੱਲ ਕੀਤੀ ਤੇ ਕੋਲੇ ਬੈਠੇ ਲਖਪਤ ਰਾਏ ਨੇ ਸਲਾਹ ਦਿੱਤੀ
ਕਿ ਨਾਲੇ ਤੇ ਖਾਲਸੇ 5000 ਰੁਪਈਆ ਦਿੰਦੇ ਆ, ਨਾਲੇ ਦੀਵਾਲੀ ਦੇ ਤਿਉਹਾਰ ਉੱਤੇ ਇਕੱਤਰ ਹੋਏ ਖਾਲਸੇ ਨੂੰ ਮਾਰਨਾ ਸੌਖਾ ਹੋ ਜਾਣਾ। ਤੇ ਇੱਧਰ ਭਾਈ ਮਨੀ ਸਿੰਘ ਨੇ ਚਿੱਠੀਆਂ ਪਾ ਦਿੱਤੀਆਂ, ਦੂਰੋਂ ਦੂਰੋਂ ਖਾਲਸੇ ਅੰਮ੍ਰਿਤਸਰ ਵੱਲ ਨੂੰ ਆਉਣ ਲੱਗੇ ਆ। ਸਰਕਾਰ ਨੇ ਕੁਝ ਫੌਜੀ ਅੰਮ੍ਰਿਤਸਰ ਵੱਲ ਨੂੰ ਭੇਜੇ ਆ। ਸਰਕਾਰ ਦੀ ਕੁੱਟਣ ਨੀਤੀ ਦਾ ਪਤਾ ਭਾਈ ਮਨੀ ਸਿੰਘ ਨੂੰ ਲੱਗ ਗਿਆ। ਮਨੀ ਸਿੰਘ ਨੇ ਖਾਲਸੇ ਨੂੰ ਅੰਮ੍ਰਿਤਸਰ ਆਉਣ ਤੋਂ ਰੋਕ ਦਿੱਤਾ ਤੇ ਦੀਵਾਲੀ ਦਾ ਤਿਉਹਾਰ ਲੰਘ ਗਿਆ। ਅਬਦੁਲ ਰਜ਼ਾਕ ਨੇ 5000 ਰੁਪਏ ਦੀ ਮੰਗ ਕੀਤੀ ਤੇ ਭਾਈ ਮਨੀ ਸਿੰਘ ਨੇ ਮੋੜ ਕੇ ਜਵਾਬ ਦਿੱਤਾ ਕਿ ਜਦੋਂ ਖਾਲਸੇ ਨੇ ਦੀਵਾਲੀ ਮਨਾਈ ਨਹੀਂ, ਸਰਕਾਰ ਦੀ ਨੀਤੀ ਠੀਕ ਨਹੀਂ ਸੀ ਤੇ ਮੈਂ 5000 ਰੁਪਇਆ ਕਿੱਥੋਂ ਦੇਵਾਂ। ਤੇ ਕਾਜੀ ਅਬਦੁਲ ਰਜ਼ਾਕ ਨੇ 5000 ਰੁਪਏ ਦੇ ਦੋਸ਼ ਦੇ ਹੇਠਾਂ ਥਾਣੇਦਾਰ ਸ਼ਮਸ਼ਾਦ ਖਾਨ ਨੂੰ ਸਦਕੇ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰ ਦਿੱਤਾ। ਸ਼ਮਸ਼ਾਦ ਖਾਨ ਦੀ ਕਮਾਂਡ ਦੇ ਹੇਠਾਂ ਅੰਮ੍ਰਿਤਸਰ ਨੂੰ ਘੇਰਾ ਪਾ ਲਿਆ। ਸਰਦਾਰ ਮਨੀ ਸਿੰਘ ਦੇ ਪੈਰਾਂ ਨੂੰ ਬੇੜੀਆਂ ਤੇ ਹੱਥਾਂ ਨੂੰ ਹੱਥਕੜੀਆਂ ਲਾ ਕੇ ਲੈ ਚੱਲੇ। ਉਸ ਵੇਲੇ ਦੇ ਦਰਦਨਾਕ ਸੀਨ ਨੂੰ ਬਲਦੇਵ ਸਿੰਘ ਬਿੱਲੂ, ਜਸਵੰਤ ਸਿੰਘ ਦੀਵਾਨਾ, ਦਰਸ਼ਨ ਸਿੰਘ ਪੂਲਾ ਤੇ ਗੁਰਬਖਸ਼ ਸਿੰਘ ਅਲਬੇਲੇ ਦਾ ਢਾਡੀ ਜਥਾ ਇਉਂ ਬਿਆਨ ਕਰਦਾ ਬਈ, ਮੁਗਲਾਂ ਨੇ ਆ ਕੇ ਪਾਲਿਆ ਘੇਰਾ ਹਰ ਮੰਦਰ ਨੂੰ, ਅੰਦਰੋਂ ਨਾ ਬਾਹਰ ਕੋਈ ਜਾਵੇ, ਬਾਹਰੋਂ ਨਾ ਅੰਦਰ ਨੂੰ, ਹੱਥੀ ਲੈ ਨੇਜੇ ਫੌਜਾਂ, ਡਰ ਤੇ ਅਖੜੀਆਂ ਨੇ ਪੈਰਾਂ ਵਿੱਚ ਪਾਉਣ ਵਿੱਚ।
ਅਸੀਂ ਉਸ ਯੋਧੇ ਦੀ ਗੱਲ ਕਰਨ ਲੱਗੇ ਹਾਂ ਜਿਸ ਦੀ ਖਾਤਰ ਕੋਈ ਸ਼ਾਇਰ ਲਿਖਦਾ ਉਹ ਨਹੀਂ ਕੌਮ ਖੇਰੂ ਖੇਰੂ ਹੋ ਸਕਦੀ। ਪਾਈਆਂ ਉਸ ਦੀਆਂ ਕਿਸੇ ਨਾਲ ਵੰਡੀਆਂ ਨੇ ਬੰਦ ਬੰਦ ਕਟਵਾ ਕੇ ਵੀਰ ਜੀ ਦੇ ਸਾਰੀ ਕੌਮ ਦੀਆਂ ਅੰਦਰਾਂ ਗੰਢੀਆਂ ਨੇ। ਖਾਲਸਾ 1796 ਬਿਕਰਮੀ ਨੂੰ ਦੀਵਾਲੀ ਦਾ ਤਿਉਹਾਰ ਮਨਾਉਣ ਦੀ ਖਾਤਰ ਅੰਮ੍ਰਿਤਸਰ ਵੱਲ ਚੱਲਿਆ। ਇਧਰੋਂ ਮਾਲਵੇ ਵਿੱਚੋਂ ਨਿਕਲ ਕੇ ਸਿੰਘ ਮਾਝੇ ਵੱਲ ਨੂੰ ਚਾਲੇ ਪਾ ਦਿੱਤੇ। ਅੰਮ੍ਰਿਤਸਰ ਦੇ ਨੇੜੇ ਖਾਲਸਾ ਪਹੁੰਚਿਆ। ਸਲਾਮਤ ਖਾਂ ਦੀ ਕਮਾਂਡ ਦੇ ਥੱਲੇ ਸਿੰਘਾਂ ਉੱਤੇ ਹਮਲਾ ਕੀਤਾ ਗਿਆ। ਕੋਰ ਦਾ ਯੁੱਧ ਹੋਇਆ। ਲਖਪਤ ਰਾਏ ਦਾ ਭਤੀਜਾ ਦੁਨੀ ਚੰਦ ਮਾਰਿਆ ਗਿਆ ਤੇ ਮੈਦਾਨ ਖਾਲਸੇ ਦੇ ਹੱਥ ਆਇਆ। ਖਾਲਸੇ ਨੇ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ। ਹਰਿਮੰਦਰ ਸਾਹਿਬ ਦੀ ਸੇਵਾ 11 ਸਿੰਘਾਂ ਨੂੰ ਸੰਭਾਲ ਕੇ ਖਾਲਸੇ ਦੂਰ ਚਲੇ ਗਏ। ਬੇੜਾ ਤਾੜ ਕੇ ਮੁਗਲਾਂ ਨੇ ਹਰਿਮੰਦਰ ਸਾਹਿਬ ਦੇ ਉੱਤੇ ਕਬਜ਼ਾ ਕਰ ਲਿਆ। ਆਖਿਰ ਪੰਥ ਦੇ ਦਰਦੀ ਭਾਈ ਮਨੀ ਸਿੰਘ ਦੀ ਡਿਊਟੀ ਲਾ ਦਿੱਤੀ ਹੈ ਮਾਤਾ ਸੁੰਦਰੀ ਜੀ ਨੇ। ਭਾਈ ਮਨੀ ਸਿੰਘ ਨੇ ਜਾ ਕੇ ਸੇਵਾ ਸੰਭਾਲੀ ਹੈ। 2 ਸਾਲ ਦੀ ਸੇਵਾ ਤੋਂ ਬਾਅਦ ਭਾਈ ਮਨੀ ਸਿੰਘ ਨੇ ਸੋਚਿਆ ਕਿ ਖਾਲਸੇ ਦੀ ਮਹਿਮਾ ਘਟਦੀ ਘਟਦੀ ਘਟ ਨਾ ਜਾਵੇ। ਬੜਾ ਚਿਰ ਹੋ ਗਿਆ ਦੀਦਾਰ ਕੀਤਿਆਂ, ਹੁਣ ਦੀਵਾਲੀ ਦਾ ਤਿਉਹਾਰ ਜ਼ਰੂਰ ਮਨਾਉਣਾ ਚਾਹੀਦਾ ਹੈ। ਕਾਜੀ ਅਬਦਰਜਾਕ ਦੇ ਨਾਲ ਭਾਈ ਮਨੀ ਸਿੰਘ ਨੇ ਗੱਲ ਕੀਤੀ ਤੇ ਅਬਦਰਜਾਕ ਨੇ 5000 ਰੁਪਇਆ ਇਉਂ ਮੰਗ ਲਿਆ ਬਾਈ।
दानियां दे दानी अमुक शक्ति दे मालक धन गुरु गोबिंद सिंह महाराज जिन्हां दे लई किसे शायर ने लिखिया साहिबा अज मैं तेरी तस्वीर वेखी ओह नहीं लगी है जड़ी दीवार उत्ते तेरे जिगर दे टुकड़े खालसे ने जड़ी टंगी है नैणा दी धार उत्ते जड़ी रुत बहार दी तू आंदी मुड़के आई नहीं किसे गलजार उत्ते बख्शी अमर जवानी ते खालसे नू आउण दित्ती नहीं जड़ी जुझार उत्ते गुरु गोबिंद सिंह महाराज जिन्हां ने जहान दे राइटरां नू दुनिया भर दे शहरां नू इतिहासकारां नू सोचण लई मजबूर कर दिता ओह कैड़ी शक्ति सी जिसने बिल्ली तो डरन वालियां नू शेरां दे नाल लड़ा दिता तकड़ी दा बोदा फड़न वाले हाथ विच तलवार लैके कहण लगे चलूंगा जे जमी पर बहां पुचाल आएगा दुनिया तो एक तरफ पर्वत भी काम जाएगा दुनिया तो सर झुकाती है तकदीर के आगे मगर तकदीर भी झुक जाएगी मेरी शमशीर के आगे गुरु गोबिंद सिंह महाराज दे टिल्ले तो जोग लैण वाले जान बुझ के नागा नाल खेडण वाले सिपाही चरखड़ियां दे झूटे जंड दियां लाटां सिरां ते रंबियां जरन वाले सतगुरु दे लाडले पुत पूर्ण गुरसिख बन लई ठंडे दियां धारां उत्ते इउं तुरदे आ बई लाटा जंड
अंबरा दे नाल सोईया सी जद लाटा जंड दिया सोच लै हाल वेला है तेरे वर्गा फिलासफर काफरा विच नहीं होना चाहिए तू मोमन बन जा इस्लाम धारण कर लै मैं तेनू हिंदुस्तान का पीर थाप दू पर सतगुरु धन गुरु गोबिंद सिंह महाराज का संत सिपाही सिंह अगों कहिंदा कहिंदा वे शौक जिन्ना नू चंगा ते बेलियां दा ओनी चाकदे तख्त हजारियां वल ओए कच्चियां कड़ियां ते तरन दी चाह जी नूं कदे परते नहीं किनारियां वल सरदार मनी सिंह ने गज के अगों कहा ओ तू कहना राज ले ले ओए तू कहना भाग ले ले ओए अनजान खरीदना चाहना है बड़ा भोला है कौडियां सुट सवे तू अमान खरीदना चाहना है की आखदा दौलतां नाल विकिए असी कोई कवाड़ी दी हट ते नहीं ओ जेड़ा बेग सलेटी नूं भरम जावे मैं कोई तख्त हजारे दा जट ते नहीं अगों मोड़ के जकरिया खान नूं जो भाई मनी सिंह ने जवाब दिता बलदेव सिंह बिल्लू जसवंत सिंह दीवाना दर्शन सिंह पूला ते गुरबख्श सिंह अलबेले दा ढाडी जता इउं बयान करदा बई सुपने न्याई है
ਸਿੱਖੀ ਸਿਦਕ ਨਹੀਂ ਛੱਡਣਾ, ਗੱਜ ਕੇ ਫਤਿਹ ਬੁਲਾਵਾਂਗਾ। ਉਹ ਮੈਨੂੰ ਕੀ ਹੈ ਡਰ ਤੇਰਾ, ਤਿੱਖੀ ਤਲਵਾਰ ਵਿੱਚੋਂ ਜਨਮ ਲਿਆ ਹੈ ਖਾਨਾ, ਮੈਂ ਖੰਡੇ ਦੀ ਤਾਰ ਵਿੱਚੋਂ। ਲਾਹੌਰ ਦੇ ਸਿੰਘਾਂ ਤੇ ਸਹਿਜਧਾਰੀ ਸਿੱਖਾਂ ਨੂੰ ਲੱਗਿਆ ਕਿ 5000 ਰੁਪਏ ਦੇ ਬਦਲੇ ਭਾਈ ਮਨੀ ਸਿੰਘ ਨੂੰ ਸ਼ਹੀਦ ਕਰਨ ਦਾ ਕਾਜ਼ੀਆਂ ਨੇ ਫਤਵਾ ਦਿੱਤਾ। ਸਿੱਖਾਂ ਨੇ ਭਰ ਕੇ ਗੱਡੇ ਧੰਦੇ ਜਲਾਦਾਂ ਕੋਲੇ ਪਹੁੰਚੇ ਆ। 5000 ਦੀ ਤੇ ਕੀ ਗੱਲ ਹੈ, ਬਰਾਬਰ ਧਨ ਤੋਲਣ ਵਾਸਤੇ ਤਿਆਰ ਖਲੋਤੇ ਆ। ਤੇ ਭਾਈ ਮਨੀ ਸਿੰਘ ਨੇ ਅੱਗੋਂ ਜਵਾਬ ਦਿੱਤਾ, ਸਰਦਾਰ ਜੀ ਮੇਰੇ ਵਾਹਿਗੁਰੂ ਨੂੰ ਇਹ ਕੁਝ ਮਨਜ਼ੂਰ ਹੈ, ਜੋ ਮੈਨੂੰ ਫਤਵਾ ਲੱਗਿਆ ਉਹ ਪੂਰਾ ਹੋ ਜਾਣ ਦਿਓ। ਸਿੰਘਾਂ ਦੇ ਕਾਫੀ ਕਹਿਣ ਦੇ ਉੱਤੇ ਭਾਈ ਮਨੀ ਸਿੰਘ ਨਹੀਂ ਮੰਨਿਆ। ਉਸ ਨੇ ਅਕਾਲ ਪੁਰਖ ਦੇ ਨਾਲ ਬਿਰਤੀ ਜੋੜੀ ਹੈ ਤੇ ਜਾਂਦੀ ਵਾਰ ਦੀ ਸਾਰਿਆਂ ਨੂੰ ਵਾਰੀ ਵਾਰੀ ਗੱਜ ਕੇ ਫਤਿਹ ਤੇ ਪ੍ਰਣਾਮ ਇਉਂ ਕਹਿਣ ਲੱਗਿਆ, ਬਾਈ ਕਬੂਲ ਪਰ ਨਾਮ ਖਾਲਸਾ। ਚਾਰ ਨਾਨਾ ਗੁਰਾ ਲਾ ਲਿਆ ਨਮਾਣ ਨੂੰ, ਦਾਗ ਨਹੀਂ ਲਾਉਣ ਦਿੱਤਾ ਸਿੱਖੀ ਬਾਣੇ ਨੂੰ, ਦਾਗ ਨਹੀਂ ਲਾਉਣ ਦਿੱਤਾ ਸਿੱਖੀ ਬਾਣੇ। ਮੋਤੀਆਂ ਦਾ ਹਾਰ
सुचे मोतिया दा हार जोड़ियो। रहना नहीं किसे दे, रहना नहीं किसे दे, गुलाम खालसा कर लो कबूल, पर नाम खालसा जी कर लो कबूल, पर नाम खालसा। मनी नहीं उस रे वे खान दी, किती परवानी रत्ता भी मैं जान दी, किती परवानी रत्ता भी मैं जान दी। कबूल पर नाम खालसा जी कर लो कबूल, पर नाम खालसा। संगता दी बेटा जो, संगता दी बेटा जो आना नी वंडिया, सूबे नू कचहरी बिच डाडा पंडिया, सूबे नू कचहरी बिच डाडा पंडिया। कबूल पर नाम खालसा जी कर लो कबूल, पर नाम खालसा। उठ गया पार लाके ते अडारियां, अंबरा चो पंछियां ने ताहा मारियां। उठ गया पार लाके ते अडारियां, अंबरा चो पंछियां ने ताहा मारिया। किती नहीं रख बे, किती नहीं रख बे, सलाम खालसा कर लो कबूल, पर नाम खालसा जी कर लो कबूल, पर नाम खालसा जी कर लो कबूल, पर नाम खालसा जी कर लो कबूल, पर नाम खालसा। वाह मिठिए नींद स्वर्ग दिए, सब तेरे अगे चुक जांदे, लहू बेक के तेरे आशक दा गड्डियां दे इंजन रुक जांदे। एनियां गल्लां करन तो बाद भाई साहब ने चौकड़ा मारिया ते जलाद नेड़े पहुंच गया। जलाद ने गुट दे उत्ते बार कीता, भाई मनी सिंह ने जलाद दी बांह फड़ ली। जलादा मेरी एक उंगल दे विच तीन तीन बंद है, ते मेरी उंगल दे उत्ते तीन वार कर, मेरा कल्ला बंद कट के मेरी सिक्खी नू दाग ना लाई। इन्नियां गल्लां करन तो बाद सरदार ने मारे चौकड़ा, जपजी साहब दा पाठ आरंभ कर दिता है। आखिर नू बंद बंद कटवा के कौम दा हीरा भाई मनी सिंह सतगुरु दे चरणा विच इउं विराजमान हो गया। भाई वेला आखरी गल्ला भी कुछ आखरी, वेला आखरी गल्ला भी कुछ आखरी, मार के डोल चौंकड़ा बहमदा हो बंद बंद कट रीज ना हो मुखो छड़ना
ਬਹਾਦਰੋ ਪਿਆ।